ਜਿਹੜਾ ਆਪਾਂ CSS ਤੇ PMS ਦਾ ਇੱਕ ਇੰਤਹਾ ਹੀ ਇੰਪੋਰਟੈਂਟ ਟਾਪਿਕ ਡਿਸਕਸ ਕਰਾਂਗੇ ਜਿਹਦਾ ਨਾਮ ਹੈ ਸ਼ਲੋਕ ਫਰੀਦੀ ਸ਼ਲੋਕ ਫਰੀਦੀ ਬਾਬਾ ਫਰੀਦ ਗੰਜਬਖਸ਼ ਨੇ ਲਿਖਿਆ ਸੀ ਇਹ CSS 2020 ਵਿੱਚ ਵੀ ਆ ਚੁੱਕਾ ਹੈ ਇਹ ਇੱਕ ਇੰਤਹਾ ਹੀ ਇੰਪੋਰਟੈਂਟ ਟਾਪਿਕ ਹੈ ਇਹਨੂੰ ਤੁਸੀਂ ਛੱਡਣਾ ਨਹੀਂ ਇਹਨੂੰ ਲਾਜ਼ਮੀ ਤਿਆਰ ਕਰਨਾ ਹੈ ਹੁਣ ਆਪਾਂ ਇਹਨੂੰ ਸਟਾਰਟ ਕਰਦੇ ਹਾਂ ਸਭ ਨਾਲ ਪਹਿਲੇ ਤੁਸੀਂ ਥੋੜਾ ਜਿਹਾ ਤਾਰੂਫ ਲਿਖਿਆ ਕਰਨਾ ਤਾਰੂਫ ਦੇ ਅੰਦਰ ਤੁਸੀਂ ਅਟ੍ਰੈਕਟ ਤਾਰੂਫ ਲਿਖਣਾ ਵਾ ਯਾਨੀ ਤੁਸੀਂ ਇਹਦੇ ਚ ਲਿਖਣਾ ਵਾ ਕਿ ਜਿਹੜਾ ਅੰਗਰੇਜ਼ੀ ਆ ਅੰਗਰੇਜ਼ੀ ਜ਼ਬਾਨ ਵਿੱਚ ਜਿਹੜਾ ਮਕਾਮ ਜਿਹੜਾ ਸੀਗਾ ਉਹ ਜੈਫਰੀ ਚੋਸਰ ਨੂੰ ਹਾਸਲ ਸੀ ਜੈਫਰੀ ਚੋਸਰ ਯਾਨੀ ਇਹ ਅੰਗਰੇਜ਼ੀ ਜ਼ੁਬਾਨ ਦਾ ਪਹਿਲਾ ਸ਼ਾਇਰ ਸੀਗਾ ਉਹੀ ਉਹੀ ਮਕਾਮ ਜਿਹੜਾ ਹੈਗਾ ਵਾ ਪੰਜਾਬੀ ਜ਼ੁਬਾਨ ਵਿੱਚ ਬਾਬਾ ਫਰੀਦ ਨੂੰ ਹਾਸਲ ਆ ਯਾਨੀ ਬਾਬਾ ਫਰੀਦ ਵੀ ਪੰਜਾਬੀ ਜ਼ੁਬਾਨ ਦੇ ਪਹਿਲੇ ਸ਼ਾਇਰ ਇਹ ਜਿਹਨਾਂ ਦਾ ਡਾਟਾ ਆਪਣੇ ਕੋਲ ਮਹਿਫੂਜ਼ ਹੈ ਇਨਾਂ ਤੋਂ ਪਹਿਲੇ ਅਗਰ ਕੋਈ ਸ਼ਾਇਰ ਹੈਗਾ ਸੀ ਉਹ ਆਪਾਂ ਨੂੰ ਨਹੀਂ ਪਤਾ ਕਿਉਂਕਿ ਉਹਨਾਂ ਦਾ ਡਾਟਾ ਆਪਣੇ ਤੱਕ ਨਹੀਂ ਮਹਿਫੂਜ਼ ਨਹੀਂ ਪਹੁੰਚਿਆ ਬਾਬਾ ਫਰੀਦ ਦਾ ਜਿਹੜਾ ਡਾਟਾ ਵਾ ਉਹ ਵੀ ਆਪਾਂ ਨੇ ਕੋਲ ਬਾਬਾ ਗੁਰੂ ਨਾਨਕ ਦੇ ਥਰੂ ਪਹੁੰਚਿਆ ਵਾ ਬਾਬਾ ਗੁਰੂ ਨਾਨਕ ਨੇ ਆਪਣੀ ਜਿਹੜੀ ਕਿਤਾਬ ਸੀਗੀ ਉਹਦੇ ਅੰਦਰ ਬਾਬਾ ਫਰੀਦ ਦੇ ਜਿਹੜੇ ਸ਼ਲੋਕ ਆ ਉਹਨਾਂ ਨੂੰ ਦਾਖਲ ਕੀਤਾ ਸੀਗਾ ਤਾਂ ਆਪਣੇ ਕੋਲ ਇਹ ਮਹਿਫੂਜ਼ ਹਾਲਚ ਆਇਆ ਇਸੇ ਤਰ੍ਹਾਂ ਇਸੇ ਤਰ੍ਹਾਂ ਅਗਰ ਆਪਾਂ ਦੇਖੀਏ ਫਾਰਸੀ ਜ਼ੁਬਾਨ ਫਾਰਸੀ ਜ਼ੁਬਾਨ ਦੇ ਅੰਦਰ ਜਿਹੜਾ ਰੋਧਕੀ ਸੀਗਾ ਰੋਧਕੀ ਉਹ ਪਹਿਲਾ ਬਾਕ ਹੈ ਦਾ ਸ਼ਾਇਰ ਸੀਗਾ ਤੇ ਆਪਾਂ ਅਗਰ ਉਰਦੂ ਜ਼ੁਬਾਨ ਨੂੰ ਦੇਖ ਲੈਂਦੇ ਹਾਂ ਤੇ ਉਰਦੂ ਜ਼ੁਬਾਨ ਦੇ ਅੰਦਰ ਜਿਹੜਾ ਸ਼ਾਇਰ ਸੀਗਾ ਉਹ ਖਵਾਜਾ ਖਵਾਜਾ ਬੰਦਾ ਨਵਾਜ਼ ਬੰਦਾ ਨਵਾਜ਼ ਗੈਸੂ ਇਹ ਉਹਦਾ ਨਾਮ ਆ ਇਹ ਉਹ ਬਾਕ ਹੈ ਦਾ ਸ਼ਾਇਰ ਸੀ ਇਹ ਤੁਸੀਂ ਇੰਟਰੋਡਕਸ਼ਨ ਚ ਲਾਜ਼ਮੀ ਲਿਖਣਾ ਵਾ ਤੁਹਾਡਾ ਫਿਰ ਇੰਟਰੋਡਕਸ਼ਨ ਅਟਰੈਕਟਿਵ ਹੋ ਜਾਏਗਾ ਤੁਹਾਨੂੰ 14 ਤੋਂ 15 ਨੰਬਰ 16 ਤੋਂ ਆਸਾਨੀ ਦੇ ਨਾਲ ਲੱਭ ਜਾਣਗੇ ਇਹਦੇ ਅੰਦਰ ਜਿਹੜਾ ਤੁਸੀਂ ਹੋਰ ਲਿਖਣਾ ਵਾ ਬਾਬਾ ਫਰੀਦ ਦਾ ਥੋੜਾ ਜਿਹਾ ਤਾਰੂਫ ਲਿਖਣਾ ਵਾ ਯਾਨੀ ਬਾਬਾ ਫਰੀਦ ਨੇ ਬਾਬਾ ਫਰੀਦ ਕੀ ਆ ਬਾਬਾ ਫਰੀਦ ਇੱਕ ਸੂਫੀ ਸੂਫੀ ਸ਼ਾਇਰ ਸੀ ਸੂਫੀ ਸ਼ਾਇਰ ਸਨ ਜਿਨ੍ਹਾਂ ਨੇ ਆਪਣੀ ਤਾਲੀਮਾਤ ਦਾ ਤਾਲੀਮਾਤ ਦੇਰ ذریعے ਇਸਲਾਮ ਨੂੰ ਇਸਲਾਮ ਦੀ ਰੋਸ਼ਨੀ ਨੂੰ ਮਨਵਰ ਕੀਤਾ ਤੇ ਗੈਰ ਮੁਸਲਮ ਜਿਹੜੇ ਸੀਗੇ ਗੈਰ ਮੁਸਲਮਾਂ ਦੇ ਅੰਦਰ ਇਸਲਾਮ ਦਿਆ ਇਸਲਾਮ ਦੇ ਨੂਰ ਦੀਆ ਕਿਰਨਾ ਫੂਕਿਆ ਦੇ ਅੰਦਰ ਇਸਲਾਮ ਦੇ ਨੂਰ ਦੀਆ ਕਿਰਨਾ ਫੂਕਿਆ ਤੇ ਤੁਸੀਂ ਥੋੜਾ ਜਿਹਾ एमसीक्यूਜ਼ ਲਈ ਇਹਨਾਂ ਦਾ ਡਾਟਾ ਵੀ ਤਿਆਰ ਰੱਖਣਾ ਵਾ ਕਿ ਇਹਨਾਂ ਦਾ ਜਿਹੜਾ ਨਾਮ ਸੀ ਨਾ ਇਹਨਾਂ ਦਾ ਨਾਮ ਮਸੂਦ ਸਨ ਇਹਨਾਂ ਦਾ ਨਾਮ ਜਿਹੜਾ ਸੀ ਉਹ ਮਸਹੂਦ ਸੀ ਤੇ ਇਹਨਾਂ ਦਾ ਜਿਹੜਾ ਲਕਬ ਸੀਗਾ ਉਹ ਲਕਬ ਫਰੀਦਉਦਦੀਨ ਸੀ ਲਕਬ ਫਰੀਦਉਦਦੀਨ ਗੰਜ ਸ਼ੱਕਰ ਸੀ ਗੰਜ ਸ਼ੱਕਰ ਸੀਗਾ ਠੀਕ ਆ ਬਾਕੀ ਇਹਨਾਂ ਦਾ ਵਾਲਿਦ ਵਾਲਦਾ ਦਾਦਾ ਤੇ ਸ਼ਹਿਰ ਇਹਨਾਂ ਦਾ ਯਾਦ ਰੱਖ ਲੋ ਕਿ ਇਹਨਾਂ ਦਾ ਜਿਹੜਾ ਸ਼ਹਿਰ ਸੀਗਾ ਉਹ ਕਿਹੜਾ ਸੀਗਾ ਇਹਨਾਂ ਦਾ ਜਿਹੜਾ ਸ਼ਹਿਰ ਸੀਗਾ ਮਲਤਾਨ ਸੀ ਮਲਤਾਨ ਠੀਕ ਆ ਬਾਕੀ ਇਹਨਾਂ ਦੇ ਵਿਆਹ ਇਹਨਾਂ ਦੀ ਔਲਾਦ ਇਹਨਾਂ ਦਾ ਮੁਰਸ਼ਿਦ ਯਾਦ ਰੱਖ ਲੋ ਮੁਰਸ਼ਿਦ ਇਹਨਾਂ ਦਾ ਮੁਰਸ਼ਿਦ ਕਿਹੜਾ ਸੀਗਾ ਖਵਾਜਾ ਬਖਤਿਆਰ ਕਾਕੀ ਖਵਾਜਾ ਬਖਤਿਆਰ ਕਾਕੀ ਬਾਕੀ ਕੁਛ ਨਹੀਂ ਯਾਦ ਰੱਖਣਾ ਤੁਸੀਂ ਤੇ ਉਹ ਤੋਂ ਬਾਅਦ ਇਹਨਾਂ ਦੀ ਇbtedਾਈ ਤਾਲੀਮ ਮਾਂ ਕੋਲੋਂ ਆਲਾ ਤਾਲੀਮ ਇਹ ਵੀ ਨਹੀਂ ਤੁਸੀਂ ਯਾਦ ਰੱਖਣਾ ਇਹਨਾਂ ਨੇ ਇੱਕ ਕੁਰਾਨ ਪਾਗ ਦੀ ਤਫਸੀਰ ਲਿਖੀ ਸੀ ਉਸ ਤਫਸੀਰ ਨੂੰ ਨਾਫਿਆ ਕਹਿੰਦੇ ਆ ਉਸ ਤਫਸੀਰ ਨੂੰ ਨਾਫੇ ਕਹਿੰਦੇ ਆ ਠੀਕ ਹੋ ਗਿਆ ਤੇ ਇਹਨਾਂ ਦੇ ਜਿਹੜੀ ਸ਼ਾਇਰੀ ਆ ਇਹਨਾਂ ਦੀ ਸ਼ਾਇਰੀ ਨੂੰ ਸ਼ਲੋਕ ਕਹਿੰਦੇ ਆ ਇਨਦੀ ਬਾਬਾ ਫਰੀਦ ਦੀ ਸ਼ਾਇਰੀ ਨੂੰ ਸ਼ਲੋਕ ਕਹਿੰਦੇ ਆ ਇਹ ਇੱਕ ਇੰਪੋਰਟੈਂਟ ਐਮਸੀਕਿਊਜ਼ ਆ ਆ ਵੀ ਸਾਰੇ ਐਮਸੀਕਿਊਜ਼ ਆ ਕਿਹਨਾਂ ਹੀ ਤਸਵੀਰ ਕਿਹੜੀ ਆ ਇਹਨਾਂ ਦਾ ਅਸਲ ਨਾਮ ਲਕਬ ਸ਼ੇਰ ਤੇ ਮੁਰਸ਼ਦ ਇਹ ਐਮਸੀਕਿਊਜ਼ ਦੇ ਪੁਆਇੰਟ ਆਫ ਿਊ ਦੇ ਨਾਲ ਤੁਸੀਂ ਤਿਆਰ ਰੱਖਨੇ ਆ ਸ਼ਲੋਕ ਕੀ ਆ ਸ਼ਲੋਕ ਜਿਹੜੀ ਹੈਗੀ ਆ ਦੋ ਜਾਂ ਦੋ ਤੋਂ ਜ਼ਿਆਦਾ ਜਿਹੜੇ ਅਸ਼عار ਹੋਣ ਯਾਨੀ ਐਸੀ ਨظم ਜਿਹਦੇ ਅੰਦਰ ਦੋ ਜਾਂ ਦੋ ਤੋਂ ਜ਼ਿਆਦਾ ਅਸ਼عار ਹੋਣ ਨੰਬਰ 1 ਇਹਦੀ ਇੱਕ ਆ ਸ਼ਰਤ ਆ ਦੂਸਰੀ ਇਹਦੀ ਸ਼ਰਤ ਆ ਇਹਨੂੰ ਕਿਸੇ ਅੱਲਾ ਦੇ ਵਲੀ ਨੇ ਲਿਖਿਆ ਹੋਵੇ ਅਲਾਦੇ ਵਲੀ ਨੇ ਲਿਖਿਆ ਹੋਵੇ ਤੀਸਰੀ ਜਰੀਏ ਦੀ ਸ਼ਰਤਾ ਹੋਏ ਆਵਾ ਇਹਦੇ ਚ ਹਰ ਤਰ੍ਹਾਂ ਦਾ ਮوضوع ਹੋ ਸਕਦਾ ਵਾ ਇਹਦੇ ਚ ਹਰ ਤਰ੍ਹਾਂ ਦਾ ਮوضوع ਯਾਨੀ ਵਹਦਾਨੀਅਤ ਤੋਂ ਲੈ ਕੇ ਵਹਦਾਨੀਅਤ ਤੋਂ ਲੈ ਕੇ ਸਰਕਾਰੀ ਮਸ਼ੀਨਰੀ ਤੱਕ ਸਰਕਾਰੀ ਮਸ਼ੀਨਰੀ ਤੱਕ ਇਹਦੇ ਚ ਹਰ ਮوضوع ਹੋ ਸਕਦਾ ਦੁਬਾਰਾ ਦੇਖ ਲਓ ਸ਼ਲੋਕੀਆ ਸ਼ਲੋਕ 2 ਜਾਂ 200 ਜ਼ਿਆਦਾ ਦੇ ਨੇ ਇਸ਼ਾਰਾ ਤੇ مشتمل ਨਜ਼ਮਾਂ ਉਹ ਸ਼ਲੋਕ ਕਹਿੰਦੇ ਆ ਇਹਨੂੰ ਅੱਲਾ ਦੇ ਵਲੀ ਨੇ ਲਿਖਿਆ ਹੋਏ ਤੇ ਇਹਦੇ ਵਿੱਚ ਹਰ ਤਰ੍ਹਾਂ ਦਾ ਮوضوع ਹੋਵੇ ਵਾਹਦਾਨੀਆਂ ਤੋਂ ਲੈ ਕੇ ਸਰਕਾਰੀ ਮਸ਼ੀਨਰੀ ਤੱਕ ਇਹ ਤਮਾਮ ਆ ਬਾਬਾ ਫਰੀਦ ਦਾ ਇੰਟਰੋਡਕਸ਼ਨ ਹੁਣ ਆਪਾਂ ਇਹਨਾਂ ਦਾ ਅੱਗੇ ਕੁਐਸਚਨ ਤਿਆਰ ਕਰਾਂਗੇ ਕਿ ਸ਼ਲੋਕ ਬਾਬਾ ਫਰੀਦ ਦੇ ਮوضوعات ਕੀ ਕੀ ਨੇ ਆਪਾਂ ਬਾਬਾ ਫਰੀਦ ਦੀ ਸ਼ਾਇਰੀ ਦੇ ਮوضوعات ਨੂੰ ਡਿਸਕਸ ਕਰਾਂਗੇ ਤੇ ਇਹ ਤੁਹਾਡੇ ਲਈ ਮੈਂ ਉਹ ਸ਼ੇਅਰ ਲੈ ਕੇ ਆਵਾਂਗਾ ਜਿਹੜੇ ਇੰਤਹਾਹੀ ਆਸਾਨ ਹੋਣਗੇ ਤੇ ਤੁਸੀਂ ਆਸਾਨੀ ਦੇ ਨਾਲ ਯਾਦ ਕਰ ਸਕੋਗੇ ਸਭਨਾ ਪਹਿਲੇ ਤੁਸੀਂ ਜਿਹੜੀ ਹੈਡਿੰਗ ਦੇਣੀ ਆ ਉਹ ਦੇਣੀ ਆ ਨਮਾਜ਼ ਦੀ ਅਹਿਮੀਅਤ ਨਮਾਜ਼ ਦੀ ਅਹਿਮੀਅਤ ਯਾਨੀ ਬਾਬਾ ਫਰੀਦ ਨੇ ਨਮਾਜ਼ ਦੀ ਅਹਿਮੀਅਤ ਬਾਰੇ ਖਾਸ ਗੱਲ ਕੀਤੀ ਆ ਕਿਉਂਕਿ ਉਹ ਆਪ ਵੀ ਨਮਾਜ਼ੀ ਸੀ ਤੇ ਦੂਸਰਿਆਂ ਨੂੰ ਵੀ ਨਮਾਜ਼ ਦੀ ਤਲਕੀਨ ਕਰਦੇ ਸੀ ਇਹ ਨਹੀਂ ਸੀ ਕਿ ਉਹ ਭੰਗ ਪੀੜਾਂ ਨੂੰ ਪੀ ਰਹੇ ਦੇ ਸੀਗੇ ਤੇ ਕਹਿੰਦੇ ਸੀ ਸਾਡੀ ਨਮਾਜ਼ ਨਮਾਜ਼ ਹੀ ਹੈ ਯਾਨੀ ਉਹ ਇਸਲਾਮ ਦੇ ਅੰਦਰ ਨਮਾਜ਼ ਦੀ ਅਹਿਮੀਅਤ ਨੂੰ ਜਾਣਦੇ ਸੀ ਉਹਨਾਂ ਨੇ ਜਿਹੜਾ ਇਹਦੇ ਉੱਤੇ ਸ਼ੇਰ ਲਿਖਿਆ ਵਾ ਉੱਤਵੀ ਤੁਹਾਨੂੰ ਅੰਦਾਜ਼ਾ ਹੋ ਜੂਗਾ ਤੁਸੀਂ ਆਪ ਵੀ ਸੁਨਿਆ ਆਇਆ ਹੈ ਇੰਤਹਾਹੀ ਆਸਾਨ ਉਠ ਫਰੀਦਾ ਸੁੱਤਿਆ ਇਹਨੂੰ ਨਾਲ-ਨਾਲ ਹੀ ਤੁਸੀਂ ਯਾਦ ਕਰਦੇ ਰਹੋ ਉਠ ਫਰੀਦਾ ਸੁੱਤਿਆ ਯਾਨੀ ਆਪਣੇ ਆਪ ਨੂੰ ਕਹਿ ਰਿਹਾ ਕਿ ਉਠ ਫਰੀ ਸੁੱਤਿਆ ਝਾੜੂ ਦੇ ਮਸਜਿਦ ਝਾੜੂ ਦੇ ਮਸਜਿਦ ਯਾਨੀ ਮਸਜਿਦ ਦੇ ਅੰਦਰ ਝਾੜੂ ਦੇ ਤੂੰ ਯਾਨੀ ਅੱਲਾਹ ਤਾਲਾ ਦੀ ਬੰਦਗੀ ਕਰ ਤੂੰ ਸੁੱਤਾ ਰੱਬ ਜਾਗਦਾ ਤੂੰ ਸੁੱਤਾ ਰੱਬ ਜਾਗਦਾ ਤੂੰ ਸੁੱਤਾ ਰੱਬ ਜਾਗਦਾ ਯਾਨੀ ਆਪਣੇ ਆਪ ਨੂੰ ਤਲਕੀਨ ਕਰ ਰਿਹਾ ਕਿ ਵੇਖ ਤੂੰ ਤਾਂ ਸੁੱਤਾ ਆਇਆ ਵਾ ਲੇਕਿਨ ਤੇਰਾ ਰੱਬ ਜਿਹੜਾ ਹਰ ਟਾਈਮ ਜਾਗਦਾ ਵਾ ਤੇਰੀ ਡਾਡੇ ਨਾਲ ਫਰੀਦ ਤੋ ਖੁਦ ਨੂੰ ਫਿਰ ਡਰਾਇਆ ਵੀ ਆ ਪਹਿਲੇ ਖੁਦ ਨੂੰ ਸਮਝਾਇਆ ਵਾ ਫਿਰ ਡਰਾਇਆ ਵਾ ਤੇਰੀ ਡਾਡੇ ਨਾਲ ਫਰੀਦ ਯਾਨੀ ਤੂੰ ਤੂੰ ਉਹਨੂੰ ਜਵਾਬ ਦੇਣਾ ਵਾ ਜਿਹਨੇ ਸਭ ਨਾਲ ਪਹਿਲੇ ਜਾ ਕੇ ਨਮਾਜ਼ ਦੀ ਪੁੱਛਣਾ ਕਿ ਫਰੀਦ ਦਾ ਉਥੇ ਕੀ ਕੰਮ ਕਰਦਾ ਆ ਦੁਨੀਆ ਤੇ ਇਹ ਤੋਂ ਤੁਹਾਨੂੰ ਫਰੀਦ ਬਾਬਾ ਫਰੀਦ ਦੇ ਅੰਦਰ ਜਿਹੜੀ ਨਮਾਜ਼ ਦੀ ਅਹਿਮੀਅਤ ਆ ਉਹਦਾ ਤੁਹਾਨੂੰ ਬਾਕੀ ਵੀ ਅੰਦਾਜ਼ਾ ਹੁੰਦਾ ਹੋਏਗਾ ਕਿ ਬਾਬਾ ਫਰੀਦ ਨੇ ਕਿਹਾ ਕਿ ਉਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਡੇ ਨਾਲ ਪ੍ਰੀਤ ਹੁਣ ਆਪਾਂ ਦੂਸਰਾ ਟੋਪਿਕ ਡਿਸਕਸ ਕਰਾਂਗੇ ਕਿ ਬਾਬਾ ਫਰੀਦ ਨੇ ਕਨਾਰ ਦਾ ਕਿਦਾਂ ਦਰਸ ਦਿੱਤਾ ਇਹ ਤੁਸੀਂ ਦੂਸਰੀ ਆਪਣੀ ਹੈਡਿੰਗ ਬਣਾਨੀ ਆ ਕਨਾਰ ਦਾ ਦਰਸ ਕਨਾਰ ਦਾ ਜਿੱਦਾਂ ਤੁਹਾਨੂੰ ਪਤਾ ਕਿ ਜਿੰਨੇ ਵੀ ਪੀਰ ਫਕੀਰ ਹੁੰਦੇ ਆ ਇਹ ਖੁਦ ਨੂੰ ਕਨਾਰ ਦੇ ਅੰਦਰ ਰੱਖਣਾ ਹੀ ਪਸੰਦ ਕਰਦੇ ਆ ਜੋ ਲੱਭੇ ਉਹਦੇ ਤੇ ਗੁਜ਼ਾਰਾ ਕਰ ਲੈਂਦੇ ਆ ਲੋ ਜੀ ਬਾਬਾ ਫਰੀਦ ਕਹਿੰਦੇ ਆ ਰੁੱਖੀ ਸੁੱਕੀ ਖਾ ਇਹ ਇੰਤਹਾਹੀ ਵੀ ਆਸਾਨ ਰੁਕੀ ਸੁੱਕੀ ਖਾ ਕੇ ਰੁਕੀ ਸੁੱਕੀ ਖਾ ਕੇ ਠੰਡਾ ਪਾਣੀ ਪੀ ਯਾਨੀ ਜੋ ਤੈਨੂੰ ਲੱਭਦਾ ਪਿਆ ਵਾ ਚੁੱਪ ਕਰਕੇ ਉਹ ਖਾਈ ਜਾ ਤੇ ਪਾਣੀ ਪੀ ਜਾ ਠੰਡਾ ਪਾਣੀ ਪੀ ਰੁਕੀ ਸੁੱਕੀ ਖਾ ਕੇ ਠੰਡਾ ਪਾਣੀ ਪੀ ਫਰੀਦਾ ਵੇਖ ਫਰੀਦਾ ਵੇਖ ਪੜਾਈ ਚੋਪੜੀ ਫਰੀਦਾ ਵੇਖ ਪੜਾਈ ਚੋਪੜੀ ਯਾਨੀ ਫਰੀਦਾ ਤੂੰ ਪ੍ਰਾਈ ਚੋਪੜੀ ਨਾ ਦੇਖ ਨਾ ਤਰਸਾਈ ਜੀ ਨਾ ਤਰਸਾਈ ਜੀ ਯਾਨੀ ਬਾਬਾ ਫਰੀਦ ਆਪਣੇ ਆਪ ਵੀ ਸਮਝਾਤੇ ਆ ਕਹਿੰਦਿਆ ਕਿ ਬਾਬਾ ਫਰੀਦ اے ਫਰੀਦਾ ਜੋ ਤੈਨੂੰ ਲੱਭਦਾ ਉਹ ਖਾਈ ਜਾ ਤੇ ਠੰਡਾ ਪਾਣੀ ਪੀ ਜਾ ਕੋਈ ਸ਼ਿਕਵਾ ਗਿਲਾ ਨਾ ਕਰ ਨਾ ਕਿਸੇ ਦੀ ਪ੍ਰਾਈ ਚੋਪੜੀ ਦੇਖ ਤੇ ਨਾ ਆਪਣੇ ਜੀ ਨੂੰ ਤਰਸਾ ਜਿਹਦੀ ਵਜ੍ਹਾ ਤੋਂ ਤੇਰੇ ਅੰਦਰ ਕੋਈ ਹਵਾ ਸਾਵੇ ਕਿ ਤੇ ਕੋ ਵੀ ਇਹ ਸਭ ਕੁਝ ਹੋਵੇ ਹੁਣ ਨੰਬਰ 3 ਜਿਹੜੀ ਤੁਸੀਂ ਹੈਡਿੰਗ ਬਣਾਣੀ ਆ ਉਹ ਵੀ ਇੰਤਹਾਈ ਆਸਾਨ ਆ ਜੇ ਨੂੰ ਤੁਸੀਂ ਆਰਾਮ ਦੇ ਨਾਲ ਯਾਦ ਕਰ ਸਕੋਗੇ ਉਹ ਹੈਗਾ ਵਾ ਆਪਣੀ ਜ਼ਾਤ ਦੀ ਨਫੀ ਯਾਨੀ ਜਿੱਦਾਂ ਤੁਹਾਨੂੰ ਪਤਾ ਵਾ ਸੂਫੀ ਆਪਣੀ ਜ਼ਾਤ ਦੀ ਨਫੀ ਕਰ ਲੈਂਦੇ ਆ ਜ਼ਾਤ ਦੀ ਨਫੀ ਉਹਦ ਨੂੰ ਅੱਲਾ ਦੀ ਇਰਦਾ ਦੇ ਅੰਦਰ ਸ਼ਾਮਲ ਕਰ ਲੈਂਦੇ ਆ ਜ਼ਾਤ ਦੀ ਨਫੀ ਕਰਦੇ ਹੋਏ ਬਾਬਾ ਫਰੀਦ ਕਹਿੰਦੇ ਆ ਕਾਲੇ ਮੇੜੇ ਕੱਪੜੇ ਕਾਲੇ ਫਰੀਦਾ ਕਾਲੇ ਮੇੜੇ ਕੱਪੜੇ ਯਾਨੀ ਮੇਰੇ ਕੱਪੜੇ ਵੀ ਕਾਲੇ ਆ ਮੈਂ ਆਪ ਵੀ ਜਿਹੜਾ ਹੈਗਾ ਵਾ ਮੇ ਕੋ ਕੁਝ ਨਹੀਂ ਹੈਗਾ ਫਰੀਦਾ ਕਾਲੇ ਮੇੜੇ ਕੱਪੜੇ रीता काले मेढे कपड़े काला मेढा वेश काला मेरा वेश वेश तो मराद अंदर ए फ्रीदा मेरे कपड़े भी काले आए यानी मैं बारो भी काला वा तो मेरा जड़ा अंदर है वो भी काला वा गनाही भरिया मैं फिरा गनाही गनाही भरिया मैं फिरा गनाही भरिया मैं फिरा लोग कहे दरवेश लोग कहे ਦਰवेश ਯਾਨੀ ਫਰੀ ਬਾਬਾ ਫਰੀਦ ਆਪਣੇ ਆਪ ਨੂੰ ਸਮਝਾ ਰਹੇ ਆ ਕਿ ਮੈਂ ਬਾਹਰੋਂ ਵੀ ਗੰਦਾ ਵਾਂ ਅੰਦਰੋਂ ਵੀ ਗੰਦਾ ਵਾਂ ਹਰ ਪਾਸੋਂ ਗੁਨਾਹਾਂ ਪਰਿਆ ਆ ਵਾ ਲੋਕ ਮੈਨੂੰ ਦਰवेश ਕਹਿੰਦੇ ਆ ਇਹਨੂੰ ਕਹਿੰਦੇ ਆ ਜ਼ਾਤ ਦੀ ਨਫੀ ਕਰ ਲੈਣਾ ਯਾਨੀ ਸਭ ਕੁਝ ਹੋਣ ਦੇ ਭਾਵਾਂ ਚੁੱਦ ਵੀ ਖੁਦ ਨੂੰ ਇਹ ਕਹਿਣਾ ਕਿ ਮੈਂ ਗੁਨਾਹਗਾਰ ਆ ਮੇ ਕੋ ਕੋਸ਼ਿਸ਼ ਵੀ ਨਹੀਂ ਹੈਗਾ ਜੋ ਹੈਗਾ ਅੱਲਾਈ ਹੈਗਾ ਵਾ ਮੈਂ ਖੁਦ ਦਾ ਅਰਗੁਜ਼ਾਰ ਬੰਦਾ ਬਣਨ ਦੀ ਕੋਸ਼ਿਸ਼ ਕਰਤਾ ਵਾ ਨੰਬਰ 4 ਜਿਹੜੀ ਤੁਸੀਂ ਹੈਡਿੰਗ ਲੈਣੀ ਆ ਉਹ ਆ ਦੁਨੀਆ ਦੀ ਬੇਸਵਾਤੀ ਦੁਨੀਆ ਦੀ ਬੇਸਵਾਤੀ ਉਹਦੇ ਅੰਦਰ ਜਿਹੜਾ ਤੁਹਾਨੂੰ غرور ਨੂੰ غرور ਤੇ ਜਿਹੜਾ تکبر ਆਂਦਾ ਵਾ ਉਹਦੇ ਅੰਦਰ ਉਹਨੂੰ ਤੁਸੀਂ ਬਾਬਾ ਫਰੀਦ ਨੇ ਨਿੰਦਿਆ ਵਾ غرور ਤੇ تکبر ਨੂੰ ਨਿੰਦਿਆ ਵਾ ਇਹ ਬਾਬਾ ਫਰੀਦ ਨੇ غرور ਤੇ تکبر ਨੂੰ ਕਿੰਦਾ ਨਿੰਦ ਕੇ ਦੱਸਿਆ ਵਾ ਇਹਦੇ ਮੁਤਲਕੀ ਵੀ ਇੱਕ ਉਹਨਾ ਨੇ ਸ਼ੇਅਰ ਲਿਖਿਆ ਵਾ ਨਿੰਦ ਆਪਣੇ ਆਪ ਨੂੰ ਤੇ ਸਾਰੀ ਦੁਨੀਆ ਨੂੰ غرور ਤੇ تکبر ਨੂੰ ਉਹ ਨਿੰਦਦੇ ਹੋਏ ਕਹਿੰਦੇ ਨੇ ਫਰੀਦਾ ਖਾਕ ਨਿੰਦੀਏ ਫਰੀਦਾ ਖਾਕ ਨਿੰਦੀਏ ਯਾਨੀ ਕਾਗ ਨੂੰ ਆਪਾ ਬੁਰਾ ਭਲਾ ਨਾ ਕਹੀਏ ਖੁਦ ਦੇ غرੂਰ ਦੇ تکਬਰ ਚ ਆ ਕੇ ਦੂਸਰੇ ਨੂੰ ਬੁਰਾ ਭਲਾ ਨਾ ਕਹੀਏ ਖਾਕੂ ਜੇੜ ਨਾ ਕੋਈ ਯਾਨੀ ਜਿਹੜਾ ਇਨਸਾਨ ਆ ਸਾਰੇ ਇਨਸਾਨ ਆ ਅਸ਼ਰਫੁਲ ਮਖਲੂਕਾਤ ਆ ਖਾਕੂ ਜੇੜ ਨਾ ਕੋਈ ਯਾਨੀ ਕੋਈ ਵੀ ਖਾ ਕਰਗਾ ਨਹੀਂ ਆ ਫਰਿਸ਼ਤੇ ਵੀ ਅਸ਼ਰਫੁਲ ਮਖਲੂਕਾਤ ਨੂੰ ਸਜਦਾ ਕਰਨ ਲਈ ਤਿਆਰ ਹੋ ਗਏ ਸੀ ਜਿਉਂਦਿਆਂ ਪੈਰਾਂ ਥੱਲੇ ਯਾਨੀ ਇਹਨੂੰ ਤੁਸੀਂ ਇੰਤਹਾਹੀ ਆਸਾਨੀ ਦੇ ਨਾਲ ਯਾਦ ਕਰ ਸਕਦੇ ਆ ਜਿਉਂਦਿਆਂ ਪੈਰਾਂ ਥੱਲੇ ਜਿਉਂਦਿਆਂ ਪੈਰਾਂ ਥੱਲੇ ਮੋਇਆ ਉੱਪਰ ਹੋਈ ਮੋਇਆ ਉੱਪਰ ਹੋਈ ਹੁਣ ਦੱਸੋ ਤੁਸੀਂ ਇਹ ਰੇ ਕਿਹੜੀ ਮੁਸ਼ਕਲ ਆ ਇਹ ਸ਼ੇਰ ਜਿੰਨੇ ਹੋਇਆ ਇੰਤਹਾਹੀ ਆਸਾਨ ਹੁਣ ਜਿਹੜਾ ਰਹਿ ਗਿਆ ਕਿ ਇਹਨੂੰ ਤੁਸੀਂ ਕਿਹੜੇ ਟ੍ਰਿਕ ਦੇ ਨਾਲ ਯਾਦ ਰੱਖਣਾ ਵਾ ਉਹ ਟ੍ਰਿਕ ਆਵਾ ਤੁਸੀਂ ਇਹਦੇ ਚ ਇੱਕ ਪੁਆਇੰਟ ਲਵ ਲੈਣਾ ਜਿੱਦਾਂ ਇਹਦੇ ਅੰਦਰ ਹੈਗਾ ਜੀ ਝਾੜੂ ਝਾੜੂ ਤੁਸੀਂ ਲਵ ਲੈਣਾ ਯਾਨੀ ਇਹਦੇ ਚ ਤੁਸੀਂ ਇੱਕ ਪੁਆਇੰਟ ਯਾਦ ਰੱਖ ਲਿਆ ਕਿ ਝਾੜੂ ਉੱਤ ਫਰੀਦਾ ਸੁੱਤਿਆ ਝਾੜੂ ਦੇ ਮਸਜਿਦ ਕਿ ਤੁਸੀਂ ਝਾੜੂ ਤੇ ਇੱਕ ਲਿਖਣਾ ਹੋ ਨਮਾਜ਼ ਦੇ ਨਾਲ ਲਿੰਕ ਆ ਜ਼ਾਦ ਦੀ ਨਫੀ ਉਹਨਾਂ ਨੇ ਕਿਦਾ ਕੀਤੀ ਆ ਕਿ ਜਿਹੜੇ ਮੇਰਾ ਕਪੜੇ ਆ ਕਪੜੇ ਵੀ ਕਾਲੇ ਆ ਮੇਰਾ ਵੇਸ ਵੀ ਕਾਲਾ ਵਾ ਠੀਕ ਆ ਮੈਂ ਗੁਨਾਹੀ ਭਰਿਆ ਮੈਂ ਫਿਰਦਾ ਵਾਂ ਲੋਕੀ ਮੈਨੂੰ ਦਰਵੇਸ਼ ਕਹਿੰਦੇ ਆ ਕਨਾਲ ਦਾ ਦਰਸ ਲਈ ਉਹਨਾਂ ਨੇ ਕਿਹਾ ਹੋਗਾ ਵੀ ਰੁਖੀ ਸੁਖੀ ਖਾ ਯਾਨੀ ਤੁਸੀਂ ਇੱਕ ਇੱਕ ਪੁਆਇੰਟ ਦੀ ਇੱਕ ਇੱਕ ਪੁਆਇੰਟ ਦਾ ਟ੍ਰਿਕ ਯਾਦ ਰੱਖ ਲੈਣਾ ਜਿਹਦੀ ਵਜ੍ਹਾ ਤੋਂ ਤੁਸੀਂ ਉਹਨੂੰ ਯਾਦ ਰੱਖ ਸਕਦੇ ਆ ਇਹਦੇ ਅੰਦਰ ਜਿਹੜਾ ਟ ਖਾਕਾ ਯਾਨੀ ਤੁਸੀਂ ਖਾਕ ਨੂੰ ਯਾਦ ਰੱਖ ਲੋ ਤੋ ਤੁਹਾਨੂੰ ਸ਼ੇਰ ਹੀ ਆਪੀ ਆਦ ਆਜੂਗਾ ਤੁਸੀਂ ਕਮਲ ਕਮ ਵੀ 8 ਹੈਡਿੰਗਾਂ ਯਾਦ ਕਰਨੀਆਂ 4 ਆਪਣੀਆਂ ਹੋ ਗਈਆਂ ਤੇ 4 ਅੱਗੇ ਆਪਾਂ ਹੁਣ ਹੋਰ ਕਰਾਂਗੇ ਜਿਹੜੀ ਵਜ੍ਹਾ ਤੋਂ ਇਹ ਫਿਰ ਤੁਹਾਡਾ ਸਵਾਲ ਮੁਕੰਮਲ 16 ਨੰਬਰ ਦਾ ਤਿਆਰ ਹੋ ਜਾਏਗਾ ਤੇ ਇਨਸ਼ਾ ਅੱਲਾਹ ਤਾਲਾ ਇੱਦਾਂ ਤੁਸੀਂ ਅਗਰ ਲਿਖਿਆ ਤਾਂ 16 ਜੋ 14 15 ਤੁਹਾਨੂੰ ਆਸਾਨੀ ਦੇ ਨਾਲ ਆ ਜਾਣਗੇ ਤੇ ਤੁਹਾਡੇ 90 ਨੰਬਰ ਇਨਸ਼ਾ ਅੱਲਾਹ ਤਾਲਾ لازਮੀ ਪੰਜਾਬੀ ਚ ਆ ਜਾਣਗੇ ਇਹ ਮੈਂ ਤੁਹਾਨੂੰ ਦਾਵਾ ਕਰਦਾ ਹੁਣ ਆਪਾਂ ਡਿਸਕਸ ਕਰਾਂਗੇ ਅਗਲੇ 4 ਇਨਾਂ ਦੀ ਹੈਡਿੰਗਸ ਬਾਬਾ ਫਰੀਦ ਦੀ ਲੋ ਜੀ ਪਹਿਲੀ ਜਿਹੜੀ ਹੈਗੀ ਆ ਵਾਦਤੁਲ ਵजूद ਯਾਨੀ ਅਗਲੀ ਪੰਜਵੀਂ ਜਿਹੜੀ ਹੈਗੀ ਆ ਵਾਦਤੁਲ ਵजूद ਵਾਦਤੁਲ ਵजूद ਕੀ ਆ ਹਰ ਚੀਜ਼ ਦੇ ਅੰਦਰ ਅੱਲਾਹ ਤਾਲਾ ਦਾ ਜਿਹੜਾ ਵजूद ਹੋਣਾ ਵਾਦਤੁਲ ਵजूद ਕਹਾਂਦਾ ਵਾ ਬਾਬਾ ਫਰੀਦ ਕਹਿੰਦੇ ਆ ਫਰੀਦਾ ਖਾਲਕ ਖਲਕ ਮੇ ਫਰੀਦਾ ਜਿਹੜਾ ਖਾਲਕ ਹੈਗਾ ਵਾ ਉਹ ਖਲਕ ਦੇ ਅੰਦਰ ਯਾਨੀ ਉਹ ਮਖਲੂਕ ਦੇ ਅੰਦਰ ਮੌਜੂਦ ਆ ਫਰੀਦਾ ਖਾਲਕ ਖਲਕ ਮੇ ਖਲਕ ਵਸੇ ਰਬ ਮਾਹੇ ਖਲਕ ਜਣਾ ਵਾ ਖਲਕ ਦੇ ਅੰਦਰ ਵਸੇ ਰੱਬ ਮਾਹੇ ਠੀਕ ਆ ਯਾਨੀ ਖਲਕ ਦੇ ਅੰਦਰ ਕਿਹੜਾ ਵਸ ਰਿਹਾ ਵਾ ਰੱਬ ਵਸਨ ਦੇ ਆ ਵਾ ਖਾਲਕ ਇਹਦੇ ਅੰਦਰ ਖਲਕ ਦੇ ਅੰਦਰ ਫੇਰ ਇਹੀ ਗੱਲ ਕੀਤੀ ਆ ਕਿ ਖਲਕ ਦੇ ਅੰਦਰ ਕੌਣ ਵਸ ਰਿਹਾ ਵਾ ਰੱਬ ਵਸ ਰਿਹਾ ਇਸ ਤਰ੍ਹਾਂ ਤੁਸੀਂ ਇਹਨੂੰ ਲਿੰਕ ਰੱਖਣਾ ਵਾ ਮੰਦਾ ਕਿਸ ਨੂੰ ਆਖੀਏ ਬਾਬਾ ਫਰੀਦ ਕਹਿੰਦੇ ਆ ਮੰਦਾ ਹੋਣਾ ਆਪਾਂ ਕਿਹਨੂੰ ਆਖ ਸਕਦੇ ਆ ਮੰਦਾ ਕਿਸ ਨੂੰ ਆਖੀਏ ਕਿਉਂਕਿ ਹਰ ਇੱਕ ਹਰ ਇੱਕ ਬੰਦੇ ਦੇ ਅੰਦਰ ਤੇ ਅੱਲਾ ਵਸਦਾ ਵਾ ਜਾਂ ਤੇਸਬੇਨ ਕੋਈ ਨਾ ਹੈ ਜਾਂ ਤੇਸਬੇਨ ਕੋਈ ਨਾ ਹੈ ਯਾਨੀ ਕੋਈ ਦਾਦਾ ਕੋਈ ਉਹ ਸ਼ੈ ਹੈਗੀ ਹੈ ਜਿਹੜੀ ਅੱਲਾਹ ਤੋਂ ਬਗੈਰ ਹੈਗੀ ਹੈ ਯਾਨੀ ਹਰ ਅਗਰ ਹਰ ਚੀਜ਼ ਦੇ ਅੰਦਰ ਅਗਰ ਅੱਲਾਹ ਜਿਹੜਾ ਮੌਜੂਦ ਹੈਗਾ ਤੇ ਫਿਰ ਆਪਾਂ ਬੰਦਾ ਕਿ ਇਹਨੂੰ ਆਖ ਸਕਦੇ ਹਾਂ ਕਿਉਂਕਿ ਬਣਾਇਆ ਵੀ ਉਹਨੇ ਆ ਠੀਕ ਹੈ ਉਹਦੇ ਅੰਦਰ ਮੌਜੂਦ ਵੀ ਉਹ ਆਪਾਂ ਗਰੂਰ ਤੇ ਤਕਬਰ ਦੇ ਅੰਦਰ ਆ ਕੇ ਖੁਦ ਨੂੰ ਵਡਾਈ ਮਾਰਨ ਲੱਗ ਜਾਂਦੇ ਆ ਲੇਕਿਨ ਆਪਾਂ ਇਹ ਭੁੱਲ ਜਾਂਦੇ ਆ ਸਾਡਾ ਜਿਹੜਾ ਬਦੈਸ਼ ਦਾ ਉਹ ਤਰੀਕਾ ਕਰਾ ਉਹ ਕਿੱਦਾਂ ਦਾ ਆ ਤੇ اگੇ ਦਿਨਾਂ ਸੀਨੇ ਮਾਰ ਕੇ ਸਾਡੇ ਉੱਤੇ ਵੀ ਮਨਾਂ ਮਨ ਮਿੱਟੀ ਆ ਜਾਣੀ ਉਹ ਤੋਂ ਬਾਅਦ ਬਾਬਾ ਫਰੀਦ ਜਿਹੜੇ ਆ ਉਹ ਇਸਕੇ ਹਕੀਕੀ ਦੀ ਗੱਲ ਕਰਦੇ ਆ ਇਸਕੇ ਹਕੀਕੀ ਦੀ ਗੱਲ ਕਰਦੇ ਆ ਇਸਕੇ ਹਕੀਕੀ ਦੀ ਗੱਲ ਕਰਦੇ ਹੋਏ ਉਹ ਕੀ ਕਹਿੰਦੇ ਆ ਉਹ ਆਪਾਂ ਨੂੰ ਕੀ ਸਬਕ ਦਿੰਦੇ ਆ ਯਾਨੀ ਆਪਾਂ ਕਿ ਜਿੱਥੇ ਇਸਕੇ ਮਜਾਜ਼ੀ ਦੇ ਅੰਦਰ ਡੁੱਬੇ ਮਰੇ ਪਏ ਹੋਏ ਆ ਉਹ ਇਸਕੇ ਹਕੀਕੀ ਨੂੰ ਸਮਝਾਉਂਦੇ ਨੇ ਕਿ ਇਸਕੇ ਹਕੀਕੀ ਦੀ ਜ਼ਿੰਦਗੀ ਦੇ ਅੰਦਰ ਕੀ ਅਹਿਮੀਅਤ ਹੁੰਦੀ ਨੇ ਬਾਬਾ ਫਰੀਦ ਕਹਿੰਦੇ ਨੇ ਫਰੀਦਾ ਜੈਤੂ अकल लतीफ फरीदा जय तू अकल लतीफ यानी अगर तू कामल अकल वाला हैकल अकल लतीफ काले लेखना लेख कालेखना काले लेख समझ आ गई है यानी वह खुद न बंद नु समझा रहा बंदे मुखातब कर रहा है कि तू इश्क हल जा अगर तू अकल माना तो तू दू दूसरे रस्ते इख्तियार ना कर अपने लेख जेख अपने गिरेवान में ਆਪਣੇ ਗਿਰੇ ਬਾਣਵੇਂ ਗਿਰੇ ਬਾਣਵੇਂ ਸਿਰ ਨੀਵਾ ਕਰ ਦੇ ਸਿਰ ਨੀਵਾ ਕਰ ਵੇਖ ਸਰ ਨੀਵਾ ਕਰ ਵੇਖ ਯਾਨੀ ਫਰੀਦਾ ਜਰ ਤੂੰ ਅਕਲ ਲਤੀਫ ਹੈਗੀ ਤੇ ਕੋ ਤੇ ਆਪਣੇ ਗਿਰੇ ਬਾਣ ਦੇ ਅੰਦਰ ਉਹ ਸਿਰ ਨੀਵਾ ਕਰਕੇ ਦੇਖ ਤੇ ਆਪਣੇ ਕਾਲੇ ਲੇਖ ਨਾ ਦੇ ਇਸ ਕੇ ਹਕੀਕੀ ਹਲ ਚਲੇ ਤਾਂ ਆਪਣੇ ਅੱਲਾ ਦੀ ਰਾਹ ਲੈ ਤੇ ਖੁਦ ਵੀ ਕਾਮਯਾਬ ਹੋ ਜਾ ਦੁਨੀਆਂ ਚ ਤੇ ਆਖਰ ਦੇ ਅੰਦਰ ਵੀ ਕਾਮਯਾਬ ਹੋ ਜਾਏਗਾ ਬਾਬਾ ਫਰੀਦ ਹੋਣਾ ਅਗੇ ਜਿਹੜਾ ਮوضوع ਡਿਸਕਸ ਕਰਦੇ ਆ ਉਹ ਇਹ ਆ ਕਿ ਰੱਬ ਦੀ ਯਾਦ ਰੱਬ ਦੀ ਯਾਦ ਉਹ ਕਹਿੰਦੇ ਆ ਕਿ ਰੱਬ ਦੀ ਯਾਦ ਹੀ ਸਭ ਕੁਝ ਆ ਠੀਕ ਆ ਨਾ ਤੁਸੀਂ ਅਗਰ ਦੁਨੀਆਦਾਰੀ ਦੇ ਪਿੱਛੇ ਲੱਗੋਗੇ ਤੇ ਤੁਸੀਂ ਇੱਕ ਦਿਨ ਜਦੋਂ ਥੱਕ ہار ਜਾਓਗੇ ਤੇ ਰੱਬ ਦੇ ਕੋਲ ਹੀ ਵਾਪਸ ਆਓਗੇ ਉਹ ਕਹਿੰਦੇ ਆ ਕੋਕ ਫਰੀਦਾ ਕੋਕ ਤੂੰ ਕੋਕ ਫਰੀਦਾ ਕੋਕ ਤੂੰ ਯਾਨੀ ਫਰੀਦਾ तू बोलਦਾ ਹੀ ਰਿਹਾ ਬੋਲਦਾ ਹੀ ਰਿਹਾ ਅਲਾ ਨੂੰ ਅਲਜਾਦ ਕਰਦਾ ਹੀ ਰਿਹਾ ਕਿਦਾਂ ਜਿਵੇਂ ਰਾਖਾ ਜਵਾਰ ਜਿਵੇਂ ਰਾਖਾ ਜਵਾਰ ਯਾਨੀ ਜਵਾਰ ਦੀ ਜਿਹੜਾ ਹਿਫਾਜ਼ਤ ਕਰਨ ਦੇ ਆਵਾ ਫਸਲ ਦੀ ਜਿਹੜਾ ਹਿਫਾਜ਼ਤ ਕਰਨ ਦੇ ਆਵਾ ਉਹ ਪ੍ਰਿੰਡਿਆ ਤਾਂ ਉਹਨਾਂ ਨੂੰ ਬਚਾਣ ਲਈ ਜਿੱਦਾਂ ਇੱਕ ਤਾਂ ਤੁਸੀਂ ਦੇਖਿਆ ਹੋਵੇਗਾ ਫਸਲਾਂ ਦੇ ਅੰਦਰ ਭਾਈ ਖੜਾ ਹੁੰਦਾ ਵਾ ਜਿਹੜਾ ਕਿ ਦਾਣੇ ਜਦੋਂ ਫਸਲ ਪੱਕ ਜਾਂਦੀ ਆ ਉਹਨਾਂ ਨੂੰ ਦਾਣੇ ਨਹੀਂ ਹਾਰਨ ਦਿੰਦਾ ਉਹਨਾਂ ਨੂੰ ਕਹਿੰਦੇ ਆ ਰਾਖਾ ਯਾਨੀ ਜਵਾਰ ਦੀ ਫਸਲ ਦੀ ਰਾਖੀ ਕਰਨ ਵਾਲਾ ਇਹ ਬਾਬਾ ਫਰੀਦ ਵੀ ਇਹੀ ਕਹਿੰਦੇ ਆ ਕਿ ਕੋਕ ਫਰੀਦਾ ਕੋਕ ਤੂੰ ਯਾਨੀ ਹਰ ਵਕਤ ਤੂੰ ਵੀ ਕੋਕ ਕੋਕੂ ਕਰ ਲਾਂਦਾ ਰਹਿ ਯਾਨੀ ਤੂੰ ਅੱਲਾ ਦੀ ਯਾਦ ਚ ਲੱਗਾ ਰਹਿ ਮਸਤਰ ਜਿੱਦਾ ਕਿ ਰਾਖਾ ਜਵਾਰ ਲੱਗਾ ਰਹਿੰਦਾ ਵਾ ਜਬ ਲਖ ਟਾਂਡਾ ਨਾ ਗਿਰੇ ਜਬ ਲਗ ਜਬ ਲਗ ਟਾਂਡਾ ਨਾ ਗਿਰੇ ਯਾਨੀ ਜਿੰਨੀ ਦੇਰ ਤੱਕ ਫਸਲ ਕੱਟ ਨਹੀਂ ਜਾਂਦੀ ਜਿੰਨੀ ਦੇਰ ਤੱਕ ਤੇਰੇ ਸਾਹ ਮੁੱਕ ਨਹੀਂ ਜਾਂਦੇ ਤਬ ਲਗ ਕੋਕ ਪੁਕਾਰ ਤਬ ਲਗ ਕੋਕ ਪੁਕਾਰ ਜਿੰਨੀ ਦੇਰ ਤੱਕ ਅੱਲਾ ਦੀ ਯਾਦ ਕਰਦਾ ਰਹਿ ਉਨੀ ਦੇਰ ਤੱਕ ਅੱਲਾ ਨੂੰ ਯਾਦ ਕਰਦਾ ਰਿਹਾ ਜਿੰਨੀ ਦੇਰ ਤੱਕ ਤੇਰੇ ਸਾਹ ਮੁੱਕ ਨਹੀਂ ਜਾਂਦੇ ਬਾਬਾ ਫਰੀਦ ਦੇ ਵਿੱਚ ਇਹ ਤਲਕੀਨ ਕਰ ਰਿਹਾ ਇਹ ਆਪਾਂ ਨੂੰ ਦਰਸ ਦੇਣਦੇ ਆ ਅੱਗੇ ਜਿਹੜਾ ਹੈਗਾ ਵਾ ਕਿ ਤਸੱਵੂਫ ਤਸੱਵੂਫ ਦੇ ਮੁਤਲਕ ਬਾਬਾ ਫਰੀਦ ਦਾ ਨਜ਼ਰੀਆ ਕੀ ਆ ਜਿਹਨੂੰ ਜਾਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਬਾਬਾ ਫਰੀਦ ਕੀ ਸੋਚਦੇ ਨੇ ਕਿ ਦਾਗੇ ਜਾਣ ਲਈ ਤਸਫੂ ਨੂੰ ਆਪਣੀ ਮੰਜ਼ਲੇ ਮਕਸੂਦ ਬਣਾਣਾ ਚਾਹਦੇ ਨੇ ਆਜਿ ਤਰ੍ਹਾਂ ਦੇ ਪੀੜਾ ਫਕੀਰਾਂ ਵਾਂਗੂ ਨਹੀਂ ਬਾਬਾ ਫਰੀਦ ਕਹਿੰਦੇ ਆ ਫਰੀਦਾ ਫਰੀਦਾ ਰੋਟੀ ਮੇਰੀ ਕਾਟ ਦੀ ਰੋਟੀ ਮੇਰੀ ਕਾਟ ਦੀ ਕਾਟ ਕਹਿੰਦੇ ਆ ਲੱਕੜੀ ਨੂੰ ਫਰੀਦਾ ਰੋਟੀ ਮੇਰੀ ਕਾਟ ਦੀ ਯਾਨੀ ਰੋਟੀ ਮੇਰੀ ਲੱਕੜੀ ਦੀ ਆ ਲਾਵਣ ਮੇਰੀ ਪੋਖ ਲਾਵਣ ਮੇਰੀ ਪੋਖ ਠੀਕ ਆ ਲਾਵਣ ਕਹਿੰਦੇ ਆ ਸਾਲਣ ਠੀਕ ਆ ਉਹ ਮੇਰੀ ਪੋਖ ਆ ਜਿਨਾਂ ਖਾਦੀ ਚੋਪੜੀ ਬਾਬਾ ਫਰੀਦ ਹੁਣ ਸਮਝਾਉਂਦੇ ਖੁਦ ਨੂੰ ਕਿ ਤੂੰ ਕਿੱਦਾਂ ਤਸੱਵੁਫ ਦੇ ਉੱਤੇ ਰਸਤੇ ਤੇ ਚੱਲ ਕੇ ਜ਼ਿੰਦਗੀ ਗੁਜ਼ਾਰਨੀ ਆ ਬਾਬਾ ਫਰੀਦ ਕਹਿੰਦੇ ਆ ਕਿ ਪੋਖੀ ਤੇਰਾ ਸਭ ਕੁਛ ਆ ਜਿਨਾਂ ਖਾਦੀ ਚੋਪੜੀ ਜਿਹੜੇ ਦੁਨੀਆਂ ਤੇ ਤੇ ਐਸ਼ੋ-ਇਸ਼ਰਤ ਦੀ ਜ਼ਿੰਦਗੀ ਗੁਜ਼ਾਰ ਲੈਂਦੇ ਆ ਉਹ ਫਿਰ ਕਨੇ ਸੈਣਗੇ ਦੁੱਖ ਕਨੇ ਸੈਣਗੇ ਦੁੱਖ ਕਨੇ ਸੈਣਗੇ ਦੁੱਖ ਫਰੀਦਾ ਰੋਟੀ ਮੇਰੀ ਕਾਠ ਦੀ ਲਾवण ਮੇਰੀ ਪੋਖ ਜਿਨਾਂ ਖਾਦੀ ਚੋਪੜੀ ਉਹ ਕਨੇ ਸੈਣਗੇ ਦੁੱਖ ਹੁਣ ਤੁਸੀਂ ਅਗਰ ਦੇਖੋ ਤੇ ਇਹਦੇ ਅੰਦਰ ਤੁਸੀਂ ਜਿਹੜਾ ਹੈਗਾ ਵਾ ਖਾਲਕ ਦੇ ਲਫ਼ਜ਼ ਨੂੰ ਯਾਦ ਰੱਖਣਾ ਤਾਂ ਕਿ ਤੁਸੀਂ ਇਸ ਸ਼ੇਰ ਨੂੰ ਮੁਕੰਮਲ ਤੌਰ ਤੇ ਯਾਦ ਰੱਖ ਸਕੋ ਇਹਦੇ ਅੰਦਰ ਤੁਸੀਂ ਜਿਹੜਾ ਹੈਗਾ ਵਾ ਅਕਲ ਨੂੰ ਯਾਦ ਰੱਖਣਾ ਯਾਨੀ ਅਕਲ ਲਤੀਫ ਉਹ ਤੋਂ ਤੁਸੀਂ ਸ਼ੇਰ ਯਾਦ ਰੱਖ ਸਕੋਗੇ ਇਹਦੇ ਅੰਦਰ ਤੁਸੀਂ ਕੋਕ ਫਰੀਤਾ ਕੋਕ ਤੂ ਯਾਨੀ ਇਹਨੂੰ ਤੁਸੀਂ ਆਮ ਜ਼ੁਬਾਨ ਚ ਵੀ ਯਾਦ ਰੱਖ ਸਕਦੇ ਹੋ ਤੇ ਇਹਦੇ ਅੰਦਰ ਜਿਹੜਾ ਹੈਗਾ ਵਾ ਆਹ ਲਾ ਤੁਸੀਂ ਮਿਸਰਾ ਯਾਦ ਰੱਖ ਲੈਣਾ ਕਿਉਂਕਿ ਆਹ ਮਿਸਰਾ ਤੁਹਾਨੂੰ ਸਾਰਿਆਂ ਨੂੰ ਆਂਦੇ ਆ ਕਿ ਜਿਨ੍ਹਾਂ ਖਾਦੀ ਚੋਕੜੀ ਕਨੇ ਸੈਣਗੇ ਦੋਕ ਤੁਸੀਂ ਦੱਸਣਾ ਹੈ ਤੁਹਾਨੂੰ ਇਹ CSS ਦਾ ਇਹ ਲੈਕਚਰ ਕਿਸ ਤਰ੍ਹਾਂ ਦਾ ਲੱਗਾ ਵਾ ਤੇ ਇਨਸ਼ਾਅੱਲਾਹ ਤੁਸੀ ਅਗਰ ਇਸ ਤਰ੍ਹਾਂ ਹੀ ਲੈਕਚਰ ਲੈਂਦੇ ਰਹੇ ਮੁਕਮਲ ਸਕਾਲਰ ਅਕੈਡਮੀ ਦੀ ਪਲੇਲਿਸਟ ਤੋਂ ਫਾਇਦਾ ਚੁੱਕਦੇ ਰਹੇ ਤੇ ਤੁਸੀਂ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ CSS ਦੇ ਪੇਪਰ 'ਚ 90 ਨੰਬਰ ਲੈ ਲੋਗੇ ਬਾਕੀ ਤੁਸੀਂ ਸਾਨੂੰ ਆਪਣੀ ਰਾਤ ਉਲਾਮੀਆ ਗਾ ਕਰੋ ਤੁਹਾਨੂੰ ਇਹ ਲੈਕਚਰ ਕਿੱਦਾਂ ਦੇ ਲੱਗ ਰਹੇ ਨੇ ਅਸੀਂ ਵੀ ਤੁਹਾਡਾ ਲਾਜ਼ਮੀ ਜਵਾਬ ਦਵਾਂਗੇ ਅੱਲਾ ਰੱਖਾ अगर आप किसी भी मुकाबला जाति इम्तहान सीएसएस पीएमएस पीपीएसए के लिए परेशान हैं तो परेशानी छोड़ गए और स्कॉलर अकेडमी को सब्सक्राइब कीजिए और मुस्तकबिल को बेहतर बनाइए